ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਪਹਿਲਾਂ ਆਪਾਂ ਮੌਸਮ ਬਹੁਤ ਵਧੀਆ ਹੋ ਚੁੱਕਾ ਸੀ ਅਤੇ ਆਪਾਂ ਫਿਰ ਇਸ ਤੋਂ ਬਾਅਦ ਆਪਣੀ ਮੰਮਾ ਦੇ ਨਾਲ ਚਾਦਰ ਲਾਉਣ ਦੇ ਵਿੱਚ ਹੈਲਪ ਕਰਨ ਲੱਗੇ। ਮੰਜੇ 'ਤੇ ਚਾਦਰ ਲਾਉਣੀ ਸੀ। ਜਿਹੜੇ ਪਿੰਡਾਂ ਵਿੱਚ ਰਹਿੰਦੇ ਉਹਨਾਂ ਨੂੰ ਤਾਂ ਪਤਾ ਹੀ ਹੁੰਦਾ ਇਹ ਮੌਸਮ ਬਹੁਤ ਵਧੀਆ ਹੁੰਦਾ, ਤਾਂ ਮੰਮਾ ਨਾਲ ਕੰਮ ਕਰਾ ਕੇ ਬਹੁਤ ਮਨ ਨੂੰ ਸਕੂਨ ਮਿਲਦਾ। ਉਸ ਤੋਂ ਬਾਅਦ ਆਪਾਂ ਕੀ ਦੇਖਿਆ, ਇੱਥੇ ਚੌਲਾਂ ਦੇ ਪਾਪੜ ਪਏ ਸੀ। ਚੌਲਾਂ ਦੇ ਪਾਪੜ ਆਪਾਂ ਚੁੱਕ ਕੇ ਫਿਰ ਆਪਾਂ ਬਾਹਰ ਲੈ ਗਏ। ਬਾਹਰ ਲੈ ਕੇ ਆਪਾਂ ਜਿਹੜੇ ਜਾਨਵਰਾਂ ਨੂੰ ਪਾ ਦਿੱਤੇ ਸੀਗੇ, ਇੱਥੇ ਆਉਂਦੇ ਹੁੰਦੀਆਂ ਚਿੜੀਆਂ ਵਗੈਰਾ। ਉਸ ਤੋਂ ਬਾਅਦ ਫਿਰ ਆਪਾਂ ਅਮਰੂਦ ਦੀ ਗੁਡਾਈ ਕੀਤੀ। ਗੁਡਾਈ ਕਰਨ ਤੋਂ ਬਾਅਦ ਉਸਦੇ ਵਿੱਚ ਆਪਾਂ ਪਾਣੀ ਪਾਇਆ। ਪਾਣੀ ਕਿਉਂਕਿ ਕਈ ਦਿਨਾਂ ਤੋਂ ਪਾਇਆ ਨਹੀਂ ਸੀ, ਤਾਂ ਕਰਕੇ ਉਸ ਤੋਂ ਬਾਅਦ ਦੂਜੇ ਬੂਟੇ ਦੇ ਵੀ ਨਾਲ ਦੇ ਨਾਲ ਆਪਾਂ ਗੁਡਾਈ ਕਰਨ ਲੱਗੇ। ਇੱਥੇ ਥੋੜ੍ਹਾ ਜਿਹਾ ਸੁੱਕ ਚੁੱਕਾ ਸੀ ਇਹ। ਉਸ ਤੋਂ ਬਾਅਦ ਆਪਾਂ ਪਾਣੀ ਲੈ ਕੇ ਗਏ ਅਤੇ ਫਿਰ ਅਮਰੂਦ ਦੇ ਬੂਟੇ ਵਿੱਚ ਪਾਣੀ ਪਾਇਆ। ਪਾਣੀ ਪਾਉਣ ਤੋਂ ਬਾਅਦ ਇੱਕ ਮੇਰੀ ਕ੍ਰੀਏਟਿਵ ਚੀਜ਼ ਸੀ, ਜਿਹੜੀ ਬੋਟਲ ਹੁੰਦੀ ਆ, ਬੋਟਲ ਦਾ ਹੇਠਲਾ ਭਾਗ ਹੁੰਦਾ, ਉਹ ਇਹ ਆਪਾਂ ਬਣਾਇਆ ਸੀ। ਕਿਸ ਤਰ੍ਹਾਂ